ਆ ਚੋਣ ਜਾਬਤਾ ਲੱਗਾ ਅੱਜ ਦਾ ਦਿਨ, ਮਹਿੰਦਰਜੀਤ ਕੁਲਬੀਰ ਜੀਰੇ ਦੀ ਸ਼ਹਿ ਦੇਣ ਦਾ ਮੁੰਡਾ ਮਹਿਕਦੀਪ ਹਥਿਆਰ ਲੈ ਕੇ ਆਏ ਨੇ। ਵੀਡੀਓ 'ਚ ਦਿਖਦੇ ਪੈਣ 315 ਬੋਰ ਦੀਆਂ ਅਤੇ 12 ਬੋਰ ਦੀਆਂ ਨੇ ਕੋਲ ਰਫਲਾਂ ਨਹੀਂ ਜਾਇਆ, ਅੱਜ ਪਿਸਤੌਲ ਅਤੇ ਪਿਸਟਲ ਵੀ ਹੈਗਾ ਸੀ ਇਹਨਾਂ ਦੇ ਕੋਲ, ਮਹਿੰਦਰਜੀਤ ਦੇ ਮੁੰਡੇ ਕੋਲ। ਠੀਕ ਹੈ, ਆ ਇੱਧਰ ਟਰੈਕਟਰ ਚਲਾਉਂਦੇ ਪਏ, ਸਾਡੀ ਪੈਲੀ ਇੰਨਾ ਚਿਰ ਅਸੀਂ ਬਾਈ ਅਤੇ ਧੱਕੇ ਨਾਲ ਵਾਹੁਣ ਆ ਗਏ। ਅਸੀਂ ਆ ਚੀਜ਼ਣ ਬੀਜਿਆ ਸੀਗਾ ਅਤੇ ਇਹ ਸਾਡੇ ਚੀਜ਼ਣ ਵਾਹੁਣ ਆ ਗਏ ਆ। ਇਹ ਵੇਖੋ ਜੀ, ਸਾਡੀ ਤਾਂ ਸੁਣਵਾਈ ਨਹੀਂ ਹੁੰਦੀ, ਸ਼ਰੇਆਮ ਧੱਕਾ ਕਰਦੇ ਆ। ਇਹ ਤਾਂ ਹਾਈਕੋਰਟ ਦੇ ਜੱਜ ਸਾਹਿਬ ਦੀ ਉਲੰਘਣਾ ਕਰਦੇ ਪਏ ਨੇ, ਇਹ ਕੋਈ ਗੱਲਾਂ ਨੇ? ਖੁੰਨੀ ਝੜਪ ਦੀ ਇਹ ਲਾਈਵ ਵੀਡੀਓ ਜਿਸ ਦੇ ਵਿੱਚ ਇੱਕ ਸ਼ਖਸ ਕੁਲਬੀਰ ਜ਼ੀਰਾ ਦਾ ਨਾਮ ਲੈ ਰਿਹਾ ਕਿ ਉਸਦੇ ਸਮਰਥਕਾਂ ਦੇ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ, ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਅੰਮੋ ਸਾਹਮਣੇ ਹੋਈਆਂ ਨੇ, ਜਿਸ ਦੇ ਵਿੱਚ ਇੱਕ ਧਿਰ ਦੇ ਵੱਲੋਂ ਫਾਇਰਿੰਗ ਕੀਤੀ ਗਈ, ਸ਼ਖਸ ਦੀ ਕਮਰ ਅਤੇ ਲੱਤ ਦੇ ਵਿੱਚ ਗੋਲੀ ਵੱਜੀ ਹੈ, ਜਿਸ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਇਹ ਘਟਨਾ ਜ਼ੀਰਾ ਦੇ ਪਿੰਡ ਬੱਗੀ ਪਤਨੀ ਦੇ ਵਿੱਚ ਹੋਈ, ਜਿੱਥੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਗੋਲੀ ਚੱਲ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਨੇ ਦੱਸਿਆ ਕਿ ਉਹਨਾਂ ਦੇ ਕੋਲ ਇੱਕ ਵਿਅਕਤੀ ਲਿਆਂਦਾ ਗਿਆ ਜਿਸ 'ਤੇ ਗੋਲੀ ਲੱਗੀ ਹੈ ਅਤੇ ਉਸਦਾ ਟ੍ਰੀਟਮੈਂਟ ਕਰਕੇ ਉਸਨੂੰ ਫਰੀਦਕੋਟ ਰੈਫਰ ਕੀਤਾ ਜਾ ਰਿਹਾ। ਤਾਂ ਦੱਸ ਦਈਏ ਕਿ ਇਹ ਲਾਈਵ ਵੀਡੀਓ ਹੈ ਜਿਸ ਦੇ ਵਿੱਚ ਦੋ ਧਿਰਾਂ ਆਹਮੋ ਸਾਹਮਣੇ ਹੋਈਆਂ ਨੇ, ਜ਼ਮੀਨੀ ਰੌਲਾ ਹੈ ਜਿਸ ਨੂੰ ਲੈ ਕੇ ਗੋਲੀਬਾਰੀ ਹੋਈ। ਇੱਕ ਸ਼ਖਸ ਦੇ ਵੱਲੋਂ ਤਾਬੜ ਤੋੜ ਗੋਲੀਆਂ ਚਲੀਆਂ ਗਈਆਂ, ਸ਼ਖਸ ਦੀ ਲੱਤ 'ਤੇ ਗੋਲੀ ਵੱਜੀ ਹੈ ਜਿਸ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਚੋਣਾਂ ਹੁੰਦੇ ਸਾਰ ਇਹ ਗੁੰਡਾਗਰਦੀ ਸਾਹਮਣੇ ਆਈ ਹੈ, ਜ਼ਮੀਨ ਦੀ ਇਹ ਵੀਡੀਓ ਹੈ ਜਿਸ ਦੇ ਵਿੱਚ ਇੱਕ ਧਿਰ ਦੇ ਵੱਲੋਂ ਗੋਲੀਬਾਰੀ ਕੀਤੀ ਗਈ। ਇਲਜ਼ਾਮ ਲੱਗੇ ਨੇ ਕਾਂਗਰਸੀ ਆਗੂ ਕੁਲਬੀਰ ਜ਼ੀਰਾ 'ਤੇ ਕਿ ਉਸਦੀ ਸ਼ਹਿ 'ਤੇ ਹੀ ਇਹਨਾਂ ਅਨਸਰਾਂ ਦੇ ਵੱਲੋਂ ਸਾਰੀਆਂ ਹੱਦਾਂ ਪਾਰ ਕੀਤੀਆਂ ਗਈਆਂ। ਆ ਚੋਣ ਜਾਬਤਾ ਲੱਗਾ ਅੱਜ ਦਾ ਦਿਨ, ਮਹਿੰਦਰਜੀਤ ਕੁਲਬੀਰ ਜੀਰੇ ਦੀ ਸ਼ਹਿ ਦੇਣ ਦਾ ਮੁੰਡਾ ਮਹਿਕਦੀਪ ਹਥਿਆਰ ਲੈ ਕੇ ਆਏ ਨੇ। ਵੀਡੀਓ 'ਚ ਦਿਖਦੇ ਪਏ ਨੇ 315 ਬੋਰ ਦੀਆਂ ਅਤੇ 12 ਬੋਰ ਦੀਆਂ ਨੇ ਕੋਲ ਰਫਲਾਂ ਨਹੀਂ ਜਾਇਆ, ਅੱਜ ਪਿਸਤੌਲ ਅਤੇ ਪਿਸਟਲ ਵੀ ਹੈਗਾ ਸੀ ਇਹਨਾਂ ਦੇ ਕੋਲ, ਮਹਿੰਦਰਜੀਤ ਦੇ ਮੁੰਡੇ ਕੋਲ। ਠੀਕ ਹੈ, ਆ ਇੱਧਰ ਟਰੈਕਟਰ ਚਲਾਉਂਦੇ ਪਏ, ਸਾਡੀ ਪੈਲੀ ਇੰਨਾ ਚਿਰ ਅਸੀਂ ਬਾਈ ਅਤੇ ਧੱਕੇ ਨਾਲ ਵਾਹੁਣ ਆ ਗਏ। ਅਸੀਂ ਆ ਚੀਜ਼ਣ ਬੀਜਿਆ ਸੀਗਾ ਅਤੇ ਇਹ ਸਾਡੇ ਚੀਜ਼ਣ ਵਾਹੁਣ ਆ ਗਏ ਆ। ਇਹ ਵੇਖੋ ਜੀ, ਸਾਡੀ ਤਾਂ ਸੁਣਵਾਈ ਨਹੀਂ ਹੁੰਦੀ, ਸ਼ਰੇਆਮ ਧੱਕਾ ਕਰਦੇ ਆ। ਇਹ ਤਾਂ ਹਾਈਕੋਰਟ ਦੇ ਜੱਜ ਸਾਹਿਬ ਦੀ ਉਲੰਘਣਾ ਕਰਦੇ ਪਏ ਨੇ, ਇਹ ਕੋਈ ਗੱਲਾਂ ਨੇ? ਖੁੰਨੀ ਝੜਪ ਦੀ ਇਹ ਲਾਈਵ ਵੀਡੀਓ ਜਿਸ ਦੇ ਵਿੱਚ ਇੱਕ ਸ਼ਖਸ ਕੁਲਬੀਰ ਜ਼ੀਰਾ ਦਾ ਨਾਮ ਲੈ ਰਿਹਾ ਕਿ ਉਸਦੇ ਸਮਰਥਕਾਂ ਦੇ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ, ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਹੋਈਆਂ ਨੇ, ਜਿਸ ਦੇ ਵਿੱਚ ਇੱਕ ਧਿਰ ਦੇ ਵੱਲੋਂ ਫਾਇਰਿੰਗ ਕੀਤੀ ਗਈ, ਸ਼ਖਸ ਦੀ ਕਮਰ ਅਤੇ ਲੱਤ ਦੇ ਵਿੱਚ ਗੋਲੀ ਵੱਜੀ ਹੈ ਜਿਸ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਇਹ ਘਟਨਾ ਜ਼ੀਰਾ ਦੇ ਪਿੰਡ ਬੱਗੀ ਪਤਨੀ ਦੇ ਵਿੱਚ ਹੋਈ, ਜਿੱਥੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਗੋਲੀ ਚੱਲ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਨੇ ਦੱਸਿਆ ਕਿ ਉਹਨਾਂ ਦੇ ਕੋਲ ਇੱਕ ਵਿਅਕਤੀ ਲਿਆਂਦਾ ਗਿਆ ਜਿਸ 'ਤੇ ਗੋਲੀ ਲੱਗੀ ਹੈ ਅਤੇ ਉਸਦਾ ਟ੍ਰੀਟਮੈਂਟ ਕਰਕੇ ਉਸਨੂੰ ਫਰੀਦਕੋਟ ਰੈਫਰ ਕੀਤਾ ਜਾ ਰਿਹਾ। ਤਾਂ ਦੱਸ ਦਈਏ ਕਿ ਇਹ ਲਾਈਵ ਵੀਡੀਓ ਹੈ ਜਿਸ ਦੇ ਵਿੱਚ ਦੋ ਧਿਰਾਂ ਆਹਮੋ ਸਾਹਮਣੇ ਹੋਈਆਂ ਨੇ, ਜ਼ਮੀਨੀ ਰੌਲਾ ਹੈ ਜਿਸ ਨੂੰ ਲੈ ਕੇ ਗੋਲੀਬਾਰੀ ਹੋਈ। ਇੱਕ ਸ਼ਖਸ ਦੇ ਵੱਲੋਂ ਤਾਬੜ ਤੋੜ ਗੋਲੀਆਂ ਚਲੀਆਂ ਗਈਆਂ, ਸ਼ਖਸ ਦੀ ਲੱਤ 'ਤੇ ਗੋਲੀ ਵੱਜੀ ਹੈ ਜਿਸ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਚੋਣਾਂ ਹੁੰਦੇ ਸਾਰ ਇਹ ਗੁੰਡਾਗਰਦੀ ਸਾਹਮਣੇ ਆਈ ਹੈ, ਜ਼ਮੀਨ ਦੀ ਇਹ ਵੀਡੀਓ ਹੈ ਜਿਸ ਦੇ ਵਿੱਚ ਇੱਕ ਧਿਰ ਦੇ ਵੱਲੋਂ ਗੋਲੀਬਾਰੀ ਕੀਤੀ ਗਈ। ਇਲਜ਼ਾਮ ਲੱਗੇ ਨੇ ਕਾਂਗਰਸੀ ਆਗੂ ਕੁਲਬੀਰ ਜ਼ੀਰਾ 'ਤੇ ਕਿ ਉਸਦੀ ਸ਼ਹਿ 'ਤੇ ਹੀ ਇਹਨਾਂ ਅਨਸਰਾਂ ਦੇ ਵੱਲੋਂ ਸਾਰੀਆਂ ਹੱਦਾਂ ਪਾਰ ਕੀਤੀਆਂ ਗਈਆਂ।